ਗਿੱਦੜਬਾਹ ਦੇ ਐਮਐਲਏ ਰਾਜਾ ਵੜਿੰਗ ਵੀ ਇੱਥੇ ਪਹੁੰਚ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਅੱਜ ਬਹੁਤ ਕਰਮਾਂ ਵਾਲਾ ਭਾਗਾ ਭਰਿਆ ਦੇਣਾ ਸਾਡੇ ਵਾਸਤੇ, ਮੇਰੇ ਪਰਿਵਾਰ ਵਾਸਤੇ ਔਰ ਇਸ ਦੇਸ਼ ਦੇ ਲੋਕਾਂ ਵਾਸਤੇ, ਪੰਜਾਬ ਦੇ ਵਾਸਤੇ, ਸਿੱਖਾਂ ਵਾਸਤੇ। ਖਾਸ ਕਰਕੇ 72 ਸਾਲ ਪੁਰਾਣੀ ਜਿਹੜੀ ਮੰਗ ਹੈ ਉਹ ਮੈਨੂੰ ਲੱਗਦਾ ਪੂਰੀ ਹੋਈ ਹੈ। ਲੋਕਾਂ ਦੀ ਜਿਹੜੀਆਂ ਮੁਰਾਦਾਂ ਨੂੰ ਅੱਜ ਬੂਰ ਪਿਆ, ਜਿਹੜੀਆਂ ਉਹਨਾਂ ਦੀਆਂ ਆਸਾਂ ਸਨ ਉਹ ਸੁੱਖਾਂ ਸੁੱਖੀਆਂ। ਕਈ ਲੋਕ ਚਲੇ ਗਏ ਇਸ ਦੁਨੀਆ ਤੋਂ, ਉਹਨਾਂ ਦੀ ਇੱਛਾ ਨਹੀਂ ਪੂਰੀ ਹੋਈ, ਲੇਕਿਨ ਅਸੀਂ ਕਰਮਾਂ ਵਾਲੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਆਇਆ, ਅਸੀਂ ਆਪਦੇ ਉਸ ਗੁਰੂ ਦੇ ਉਸ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ। ਪਰਮਾਤਮਾ ਕਿਰਪਾ ਕਰੇ ਕਿ ਇੱਦਾਂ ਹੀ ਇਹ ਲਾਂਘਾ ਖੁੱਲ੍ਹਿਆ ਰਹੇ, ਇੱਦਾਂ ਹੀ ਦੋਵਾਂ ਦੇਸ਼ਾਂ ਦੇ ਵਿੱਚ ਆਪਸ ਵਿੱਚ ਮਿਲਾਪ ਵੱਧਦਾ ਰਹੇ। ਕਿਸ ਦਾ ਰੋਲ ਸਮਝਦੇ ਹੋ ਅੱਜ ਦੇ ਦਿਨ, ਕਿਉਂਕਿ ਪ੍ਰਯਾਸ ਬਹੁਤ ਕੀਤੇ ਗਏ, ਲਾਸਟ ਹੁਣ ਅੱਜ ਲਾਂਘਾ ਖੁੱਲ੍ਹਣ ਜਾ ਰਿਹਾ, ਕਿਸ ਦੇ ਪ੍ਰਯਾਸ ਪੂਰਨ ਪਏ ਨੇ? ਪ੍ਰਯਾਸ ਵੱਖ ਵੱਖ ਸਰਕਾਰਾਂ ਨੇ ਸਮੇਂ ਦੀਆਂ ਨੇ ਵੀ ਕੀਤੇ। ਕੈਪਟਨ ਅਮਰਿੰਦਰ ਸਿੰਘ ਪਿਛਲੀ ਵਾਰ ਜਦੋਂ ਮੁੱਖ ਮੰਤਰੀ ਬਣੇ ਸੀ, ਉਹਨਾਂ ਨੇ ਕਾਫੀ ਲਾਂਘਾ ਖੋਲ੍ਹਣ ਪਿੱਛੇ ਜ਼ੋਰ ਲਗਾਇਆ, ਲੇਕਿਨ ਇਸ ਵਾਰੀ ਇਮਰਾਨ ਖਾਨ ਸਾਹਿਬ ਦੇ ਆਉਣ ਨਾਲ, ਨਵਜੋਤ ਸਿੰਘ ਸਿੱਧੂ ਦੀ ਜਿਹੜਾ ਯਾਰਾਨਾ ਸੀਗਾ, ਉਹ ਦੋਸਤੀ ਸੀ, ਉਹਨਾਂ ਦਾ ਵੀ ਕਾਫੀ ਵੱਡਾ ਮਹੱਤਵਪੂਰਨ ਮੈਨੂੰ ਲੱਗਦਾ ਕਿ ਯੋਗਦਾਨ ਰਿਹਾ ਹੈ। ਸੋ ਪਰ ਇਹ ਜਿਹੜਾ ਸਾਰਾ ਯੋਗਦਾਨ ਹੈ, ਜੇ ਕਹੀਏ ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਅਰਦਾਸਾਂ ਸਾਡੇ ਉਹਨਾਂ ਬਜ਼ੁਰਗਾਂ ਨੇ ਕੀਤੀਆਂ, ਲੋਕਾਂ ਨੇ ਕੀਤੀਆਂ ਕਿ ਇਹ ਲਾਂਘਾ ਖੁੱਲ੍ਹੇ, ਇਹ ਕਿਤੇ ਨਾ ਕਿਤੇ ਗੁਰੂ ਮਹਾਰਾਜ ਦੇ ਘਰੇ ਉਹ ਅਰਦਾਸ ਵੀ ਪੂਰੀ ਹੋਈ ਹੈ। ਸਰਬ ਸਾਂਝੀ ਵਾਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਗੁਰੂ ਨਾਨਕ ਦੇਵ ਜੀ ਦੀ ਜੋ ਸਿੱਖਿਆਵਾਂ ਦਿੱਤੀਆਂ, ਪਰ ਅੱਜ ਜਿਹੜਾ ਵੱਡਾ ਜੱਥਾ ਜਾ ਰਿਹਾ, ਸਾਰੀਆਂ ਰਾਜਨੀਤਿਕ ਪਾਰਟੀਆਂ ਮਿਲ ਕੇ ਜਾ ਰਹੀਆਂ, ਨਵਜੋਤ ਸਿੰਘ ਸਿੱਧੂ ਉਸਦਾ ਹਿੱਸਾ ਕਿਉਂ ਨਹੀਂ ਬਣ ਰਹੇ? ਇਹ ਨਵਜੋਤ ਸਿੰਘ ਸਿੱਧੂ ਦੱਸ ਸਕਦੇ ਨੇ, ਲੇਕਿਨ ਸਿੱਧੂ ਸਾਹਿਬ ਨੂੰ ਲਾਸਟ ਮੂਮੈਂਟ 'ਤੇ ਅਪਰੂਵਲ ਮਿਲਣੀ, ਇਹਦੇ ਵਿੱਚ ਕੋਈ ਨਾ ਕੋਈ ਰਾਜ ਹੈ, ਕਿਉਂਕਿ ਬਾਦਲ ਵਾਲਿਆਂ ਨੂੰ ਇਹ ਡਰ ਸਤਾ ਰਿਹਾ, ਹਰਸਿਮਰਤ ਕੌਰ ਬਾਦਲ ਨੂੰ ਡਰ ਸਤਾ ਰਿਹਾ, ਨਰਿੰਦਰ ਮੋਦੀ ਜੀ ਨੂੰ ਇਹ ਡਰ ਸਤਾ ਰਿਹਾ ਕਿ ਵਾਰ ਵਾਰ ਇਮਰਾਨ ਖਾਨ ਕਹਿ ਰਹੇ ਨੇ ਕਿ ਸਿੱਧੂ ਆਵੇ, ਸਿੱਧੂ ਆਉਣ ਇੱਥੇ, ਮੈਂ ਸਿੱਧੂ ਦਾ ਸਵਾਗਤ ਕਰਨਾ ਚਾਹੁੰਦਾ। ਸੋ ਮੈਨੂੰ ਲੱਗਦਾ ਕਿਤੇ ਉਹਨਾਂ ਦੇ ਮਨ 'ਚ ਡਰ ਸੀਗਾ ਕਿ ਅਗਰ ਸਿੱਧੂ ਨੂੰ ਅਪਰੂਵਲ ਦੇਤੀ, ਅਗਰ ਵਾਹਗਾ ਬਾਰਡਰ ਦੇ ਰਾਹੀਂ ਉਹ ਪਾਕਿਸਤਾਨ ਪਹੁੰਚ ਗਏ ਸਿੱਧੂ ਸਾਹਿਬ, ਤੇ ਸਾਰਾ ਕ੍ਰੈਡਿਟ ਕੋਆਰਡੀਨੇਟਰ ਦਾ ਨਵਜੋਤ ਸਿੰਘ ਸਿੱਧੂ ਨਾਲ ਲੈ ਜਾਏ, ਇਹ ਡਰ ਸਤਾ ਰਿਹਾ। ਫੈਮਿਲੀ ਜਾ ਰਹੇ ਹੋ, ਮੈਡਮ ਕੀ ਕਹਿਣਾ ਚਾਹੋਗੇ? ਬੜਾ ਅੱਜ ਮੁਬਾਰਕ ਦਿਨ ਹੈ ਜੀ। ਮੈਂ ਸਾਰੇ ਦੁਨੀਆ ਤੇ ਵਾਸਤੇ ਸਿੱਖਾਂ ਨੂੰ ਅੱਜ ਬਹੁਤ ਬਹੁਤ ਵਧਾਈ ਦਿੰਦੀ ਹਾਂ। ਅੱਜ ਬਹੁਤ ਕਰਮਾਂ ਵਾਲਾ, ਬਹੁਤ ਭਾਗਾਂ ਵਾਲਾ ਦਿਨ ਹੈ। ਬੜੇ ਅਰਸਿਆਂ ਦੀਆਂ ਅਰਦਾਸਾਂ ਸਿੱਖਾਂ ਦੀਆਂ ਪੂਰੀਆਂ ਹੋਈਆਂ ਇਹ ਕੋਰੀਡੋਰ ਖੁੱਲ੍ਹਣ ਦੇ ਨਾਲ, ਤੇ ਬਹੁਤ ਬਹੁਤ ਵਧਾਈ ਦਿੰਦੀ ਹਾਂ ਮੈਂ ਸਭ ਨੂੰ ਜੀ। ਬਿਲਕੁਲ, ਇਹ ਸੀਗੇ ਰਾਜਾ ਵੜਿੰਗ ਅਤੇ ਉਹਨਾਂ ਦੀ ਮਿਸਿਜ਼ ਅੰਮ੍ਰਿਤਾ ਵੜਿੰਗ, ਜਿਹੜੇ ਲਾਂਘੇ ਦੇ ਰਾਹੀਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵਾਸਤੇ ਜਾ ਰਹੇ ਨੇ, ਅਤੇ ਉਹਨਾਂ ਦਾ ਕਹਿਣਾ ਕਿ ਵੱਡੇ ਪ੍ਰਯਾਸ ਵੱਖ ਵੱਖ ਸਰਕਾਰਾਂ ਵੱਲੋਂ, ਵੱਖ ਵੱਖ ਨੁਮਾਇੰਦਿਆਂ ਵੱਲੋਂ ਕੀਤੇ ਗਏ ਨੇ, ਪਰ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਵੀ ਜਿਹੜੀ ਭੂਮਿਕਾ ਵਾ, ਵੱਡਾ ਯੋਗਦਾਨ ਰਿਹਾ ਵਾ ਲਾਂਘੇ ਦੇ ਵਿੱਚ। ਬੇਸ਼ੱਕ ਉਹ ਜੱਥੇ ਦਾ ਪਾਰਟ ਨਹੀਂ ਬਣੇ, ਕਿਉਂਕਿ ਉਹਨਾਂ ਨੂੰ ਕਲੀਅਰੈਂਸ ਲਾਸਟ ਮੂਮੈਂਟ 'ਤੇ ਮਿਲੀ ਆ, ਇਸ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਹੈਗੀ ਆ ਬਾਦਲ ਫੈਮਿਲੀ ਦੇ ਉੱਤੇ ਵੱਡਾ ਕਟਾਕਸ਼ ਕੀਤਾ ਵਾ ਕਿ ਉਹਨਾਂ ਨੂੰ ਕਲੀਅਰੈਂਸ ਜਿਹੜੀ ਲਾਸਟ ਮੂਮੈਂਟ 'ਤੇ ਮਿਲੀ ਆ ਉਸ ਦੇ ਵਿੱਚ ਉਹਨਾਂ ਦਾ ਹੱਥ ਹੋ ਸਕਦਾ ਵਾ। ਕਹਿਣਾ ਮੈਂ ਰੋਹਿਤ ਦੇ ਨਾਲ, ਵਿਵੇਕ ਟਾ, ਦੈਨਿਕ ਸਵੇਰਾ ਟੀਵੀ, ਡੇਰਾ ਬਾਬਾ ਨਾਨਕ।